ਜੇ ਕਿਸੇ ਬੁਲਾਰੇ ਨੇ ਆਪਣੇ ਵਿਚਾਰ ਰੱਖਣੇ ਹੋਣ ਉਹਵੇ ਜਿਹੜੇ ਹੁਣ ਅਸੀਂ ਜਿੰਨੀ ਵੀ ਸੰਗਤ ਬੈਠੀ ਹੈ ਲੋਕ ਨੂੰ ਛੱਡ ਕੇ ਬਾਹਰੋਂ ਆਏ ਹੈ ਟੈਲੀਫੋਨ ਤਾਂ ਸਾਨੂੰ ਆਉਂਦੇ ਰਹਿੰਦੇ ਨੇ ਪਰ ਅਸੀਂ ਨਾ ਤਾਂ ਕਿਤੇ ਬਾਈਕ ਫੇਸਬੁੱਕ ਤੇ ਜਾਣਦੇ ਹਾਂ ਜਿਹੜੇ ਨੌ ਜਿਹੜੇ ਆਪਣੇ ਵਿਚਾਰ ਰੱਖਣੇ ਹੋਣ ਕਿਉਂਕਿ ਇਹ ਸੰਗਤ ਦਾ ਹੀ ਮੰਚ ਹੈ ਇਹ ਕਿਸੇ ਸੰਸਥਾ ਦਾ ਨਹੀਂ ਇਹ ਕਿਤੇ ਸੱਚ ਬੋਲ ਅਕੈਡਮੀ ਨੂੰ ਹਾਈਲਾਈਟ ਕਰਨ ਵਾਸਤੇ ਨਹੀਂ ਬੁਲਾਇਆ ਗਿਆ ਇਹ ਗੁਰਮਤ ਨੂੰ ਹਾਈਲਾਈਟ ਕਰਨ ਵਾਸਤੇ ਗੱਲ ਬਣਾਈ ਗਈ ਹੈ ਇਹ ਦਿਲ ਇਹ ਜਿਹੜਾ ਮੰਚ ਹੈ ਦਿਲ ਤਾਂ ਹੀ ਤਾਂ ਖੁੱਲ੍ਹਾ ਜਿਹਾ ਮੈਨਸ ਬਣਾਇਆ ਉਹ ਜਦੋਂ ਆਪਾਂ ਕਿਸੇ ਧਾਰਮਿਕ ਸਥਾਨਾਂ 'ਤੇ ਵੜ ਜਾਂਦੇ ਨੇ ਉੱਥੇ ਬਸਾਂ ਦੀ ਸੰਗੀਤ ਮੰਜੀ ਸੋਚ ਹੋ ਜਾਂਦੀ ਹੈ ਤਾਂ ਹੀ ਪੈਰ ਤੇ ਕੀਤਾ ਵੀ ਪਬਲਿਕ ਰਹੀ ਹੈ ਕੋਈ ਆ ਜਾਵੇ ਇਹ ਪਹਿਲੀ ਗੱਲ ਇਹ ਨਹੀਂ ਦੇਖਣਾ ਧਿਆਨ 'ਚ ਰੱਖਣਾ ਵੀ ਸ਼ਾਇਦ ਅਕੈਡਮੀ ਨੂੰ ਹਾਈਲਾਈਟ ਕਰਨ ਵਾਸਤੇ ਹੈ ਇਹ ਗੱਲ ਗੁਰਮਤ ਨੂੰ ਹਾਈਲਾਈਟ ਕਰਨ ਵਾਸਤੇ ਹੈ ਸੰਗਤਾਂ ਦੇ ਦਿਲ ਸਾਂਝੇ ਕਰਨ ਵਾਸਤੇ ਗੱਲ ਹੈ ਕੋਈ ਵੀ ਆਪਣੇ ਧਰਮ ਸੰਬੰਧੀ ਵਿਚਾਰ ਗੁਰਮਤ ਅਨੁਸਾਰ ਚਾਹੇ ਮਤਭੇਦ ਵੀ ਰੱਖਦਾ ਹੋਵੇ ਸਾਡੇ ਨਾਲ ਕੋਈ ਵੀ ਰੋਲਾ ਨਹੀਂ ਹੈ ਮਤਭੇਦ ਰਹਿਣਗੇ ਜਿੰਨਾ ਚਿਰ ਸੰਸਾਰ ਹੋਊਗਾ ਮਤਭੇਦ ਰਹਿਣਗੇ ਇਸ ਕਰਕੇ ਕੋਈ ਵੀ ਬੰਦਾ ਆ ਕੇ ਮੇਰੇ ਕੋਲ ਆ ਕੇ ਨਾਮ ਆਪਣਾ ਲਿਖਾ ਸਕਦਾ ਮੈਂ ਆਪਣੇ ਵੱਲੋਂ ਜਿਹੜੇ ਮੇਰੇ ਕੋਲ ਬੁਲਾਰੇ ਲੋਕ ਨੇ ਮੈਂ ਉਸ ਆਪਣਾ ਬੁਲਾਊਂਗਾ ਮੈਂ ਤਾਂ ਹਾਂਜੀ ਯਾਨੀ ਕਿ ਬਿਲਕੁਲ ਨਿਰਸੰਕੋਚ ਜੋ ਮੈਂ ਕਹਿ ਰਿਹਾ ਵੀ ਅੱਜ ਇਹ ਸਮਾਗਮ ਐਸਾ ਇੰਟਰਨੈਸ਼ਨਲ ਬਣ ਜਾਵੇ ਕੋਈ ਅਸੀਂ ਪਹਿਰਾਵਾ ਨਾ ਦੇਖੀਏ ਕੁਛ ਨਾ ਦੇਖੀਏ ਅਸੀਂ ਸਿਰਫ ਕਿਉਂਕਿ ਗੁਰਮਤ ਜਿਹੜੀ ਸੰਬੋਧਿਤ ਹੋਈ ਹੈ ਪੂਰੇ ਵਰਲਡ ਨੂੰ ਹੋਈ ਹੈ ਸਗਲ ਸ੍ਰਿਸ਼ਟ ਤਾਲ ਕੋ ਗੁਰੂ ਰਾਮਦਾਸ ਕੋ ਮਿਲੀ ਵਡਿਆਈ ਹੈ ਇਹ ਜਿਹੜੀ ਵਡਿਆਈ ਹੈ ਪਰਮੇਸ਼ਰ ਦੀ ਇਹ ਸਾਰੇ ਹਰ ਪ੍ਰਾਣੀ ਵਾਸਤੇ ਹੈ ਇਸ ਕਰਕੇ ਕਈ ਅਸੀਂ ਕੰਧਾਂ ਐਸੀਆਂ ਖੜੀਆਂ ਕਰਤੀਆਂ ਉਹ ਕੰਧਾਂ ਨੂੰ ਆਪਾਂ ਢਾਉਣਾ ਬਸ ਅਕੈਡਮੀ ਦੀ ਇਹੀ ਕਨਵੈਂਟ ਦੀ ਗੱਲ ਹੈ ਵੀ ਆਪਾਂ ਨੂੰ ਇਹ ਲੱਗੀਏ ਵੀ ਸਾਰਿਆਂ ਵੱਡਾ ਢਾ ਦਈਏ ਢੇਰੀਆਂ ਢਾ ਦਈਏ ਖੁੱਲ੍ਹ ਕੇ ਗੱਲ ਕਰੀਏ ਬਿਲਕੁਲ ਮੈਂ ਕੋਈ ਬੁਲਾਰਾ ਨਹੀਂ ਮੈਂ ਤਾਂ ਬਸ ਆ ਬਾਬਾ ਜੀ ਨੇ ਮੈਨੂੰ ਮੈਂ ਦਸਵੀਂ ਪਾਸ ਹੈ ਬਸ ਇਹ ਵੀ ਉਹ ਕਹਿੰਦੇ ਗੁੰਦੇ ਨੂੰ ਬੋਲਣ ਲਾ ਤਾ ਮੈਂ ਤਾਂ ਕਹਿੰਦਾ ਗੁੰਦੇ ਵੀ ਬੋਲਣ ਲਾ ਤਾ ਮੈਂ ਤਾਂ ਗੁੰਦੇ ਤੋਂ ਵੀ ਥੱਲੇ ਸੀ ਗੁੰਦੇ ਤੋਂ ਵੀ ਥੱਲੇ ਸੀ ਬਿਲਕੁਲ ਇਸ ਕਰਕੇ ਤਾਂ ਮੈਂ ਬੇਨਤੀ ਦੁਬਾਰਾ ਕੀਤੀ ਕੋਈ ਵੀ ਬੰਦਾ ਆ ਕੇ ਆਪਣੇ ਸਟੇਜ ਦੇ ਉੱਤੇ ਆਪਣੇ ਵਿਚਾਰ ਰੱਖ ਸਕਦਾ ਮੈਂ ਹੁਣ ਇੱਕ ਬਹੁਤ ਹੀ ਸਾਡੇ ਅਜੀ ਮਾਸਟਰ ਰਾਮ ਕਿਸ਼ਨ ਜੀ ਨੇ ਖੰਨੇ ਤੋਂ ਅਸੀਂ ਇਕੱਠੇ ਹੀ ਕਲਾਸ ਲਗਾਉਂਦੇ ਹਾਂ ਤੜਕੇ 6 ਵਜੇ 6 ਤੋਂ 7:30 ਤੱਕ ਸਾਡੀ ਕਲਾਸ ਲੱਗਦੀ ਹੈ ਖੰਨੇ ਬਾਬਾ ਜੀ ਨੂੰ ਵੀ ਤੰਗ ਕਰੀਦਾ 78 ਸਾਲ ਦੀ ਉਮਰ ਹੈ ਇਹਨਾਂ ਦੀ ਉਹ ਕਈ ਵਾਰੀ ਕਹਿੰਦਾ ਨਹਾ ਕੇ ਮੈਂ ਚਾਹ ਨਹੀਂ ਪੀਤੀ ਹੁੰਦੀ ਅਸੀਂ ਸੁੱਕੇ ਦਾ ਬਦਲੇ ਜਾ ਕੇ ਸਾਡਾ ਕਿ ਇਹ 6 ਵਜੇ ਚੜ੍ਹਦਾ ਇਹ ਦੁਕਾਨਾਂ ਹੋ ਨਹੀਂ ਰਿਹਾ ਕੇ ਬਾਬਾ ਜੀ ਨੂੰ ਅਸੀਂ 7:30 ਵਜੇ ਤੱਕ ਛੱਡਦੇ ਨਹੀਂ ਬਾਅਦ ਚੋਂ ਫੋਨ ਲਾਈ ਜਾਂਦੇ ਇਹਨਾਂ ਨੂੰ ਇਸ ਕਰਕੇ ਮੈਂ ਰਾਮ ਕਿਸ਼ਨ ਜੀ ਨੇ ਇੱਕ ਇਹ ਆਪਣੇ ਮਾਸਟਰ ਜੀ ਨੇ ਖੰਨੇ ਤੋਂ ਮਾਫੀ ਮੰਗਾ ਜੀ ਮੈਂ ਨੌ ਥੋੜ੍ਹਾ ਜਿਹਾ ਬਲਦੇਵ ਕ੍ਰਿਸ਼ਨ ਜੀ ਨੇ ਖੰਨੇ ਤੋਂ ਭੱਟੀਆਂ ਪਿੰਡ ਹੈ ਉੱਥੇ ਵੀ ਸਾਡੇ ਗੁਰਬੀਰ ਸਿੰਘ ਜੀ ਨੇ ਕਲਾਸ ਲਾਉਂਦੇ ਨੇ ਇਹ ਉੱਥੋਂ ਕਲਾਸ ਲਾ ਕੇ ਆਈ ਇਹਨਾਂ ਨੂੰ ਲੱਗਿਆ ਵੀ ਅਕੈਡਮੀ ਜੋ ਗੁਰਮਤਿ ਦੀ ਗੱਲ ਕਰ ਰਹੀ ਹੈ ਕੁਛ ਲੋਕਾਂ ਨੂੰ ਅਪੀਲ ਕਰ ਰਹੀ ਹੈ ਟੁੰਬ ਰਹੀ ਹੈ ਗੱਲ ਇਹ ਉਹਨਾਂ ਤੋਂ ਭਰੋਸਾ ਲਾ ਕੇ ਸਾਡੇ ਕੋਲ ਨਾਲ ਹੀ ਅਸੀਂ ਇਕੱਠੇ ਬੈਠਦੇ ਹਾਂ ਇੱਕ ਟੁੱਟਿਆ ਜਿਹਾ ਕਮਰਾ ਸਾਡੇ ਕੋਲ ਉਹਦੇ 'ਤੇ ਬੈਠੀ ਤਾਂ ਫਲੈਕਸ ਲੱਗੀ ਵੀ ਉਹ ਪਿੱਛੇ ਉਹ ਗੱਲ ਹੈ ਨਾ ਉਹ ਕਹਿੰਦੇ ਵੀ ਸਿੰਪਲ ਲਿਵਿੰਗ ਹਾਈ ਥਿੰਕਿੰਗ ਸਾਨੂੰ ਐਂ ਵੀ ਉਹ ਕਹਿੰਦੇ ਬਾਹਰ ਜਿਹੜਾ ਅੰਦਰੋਂ ਗੋਤੜੀ ਹੋਵੇ ਚਾਹੇ ਬਾਹਰੋਂ ਰੇਸ਼ਮ ਚਾਹੀਦਾ ਗੱਲ ਤਾਂ ਵੀ ਅੰਦਰੋਂ ਸਾਨੂੰ ਗੱਲ ਲੱਗੀ ਜੋ ਇਹਨਾਂ ਨੇ ਕਰੀ ਤਾਂ ਉਹ ਅਸੀਂ ਸਾਰੇ ਇਕੱਠੇ ਬੈਠ ਕੇ ਸਾਡੇ ਰੂਬਰੂ ਮਤ ਸੰਗਤ ਦੇ ਕਰ ਰਹੇ ਹਾਂ ਇਹ ਸਾਡੇ ਅਕੈਡਮੀ ਦੇ ਨਾਲ ਸਾਡੇ ਸਟੂਡੈਂਟ ਦੇ ਇਕੱਠੇ ਕਲਾਸ ਲਾਉਂਦੇ ਹਾਂ Truly speaking, listen all. Those who truly loved, they realized God. Saach kahun, sun leo sabhe, jin prem kiyo, tin hi prab paye. Waheguru ji ka khalsa, waheguru ji ki fatah. Sab to pehla ta main, ਬਾਬਾ ਜੀ ਧਰਮ ਸਿੰਘ ਜੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਥੋੜ੍ਹਾ
ਥੋੜ੍ਹਾ ਬਹੁਤ ਬਾਹਰ ਘੁੰਮੇ ਹੋ ਅਤੇ ਤੁਹਾਡੇ ਮਨ ਦੇ ਅੰਦਰ ਕੀ ਹੈ, ਸਾਡੇ ਕੋਲ ਆ ਕੇ ਤੁਸੀਂ ਕੀ ਮਹਿਸੂਸ ਕੀਤਾ, ਉਹਦੇ ਬਾਰੇ ਸਾਨੂੰ ਦੱਸੋ। ਦੇਖੋ, ਦਾਸ ਨੇ ਕੋਈ ਗ੍ਰੰਥ, ਕੋਈ ਧਾਰਮਿਕ ਪੁਸਤਕ ਐਸੀ ਕੋਈ ਨਹੀਂ ਪੜ੍ਹੀ, ਮੌਕਾ ਵੀ ਨਹੀਂ ਮਿਲਿਆ, ਔਰ ਉਹ ਸ਼ਾਇਦ ਪਰਮੇਸ਼ਰ ਦੀ ਕਿਰਪਾ ਵੀ ਨਹੀਂ ਸੀ, ਇਸ ਕਰਕੇ ਉਸ ਪਾਸੇ ਨਹੀਂ ਗਿਆ। ਮੈਂ ਜ਼ਿਆਦਾ ਸਮਾਂ ਤਾਂ ਨਹੀਂ ਲਵਾਂਗਾ। 22 ਸਾਲ ਮੈਂ ਪਹਿਲਾਂ ਫੌਜ ਦੇ ਵਿੱਚ ਨੌਕਰੀ ਕੀਤੀ, ਉਸ ਤੋਂ ਬਾਅਦ 4-5 ਸਾਲ ਦੁਕਾਨ ਕੀਤੀ, 20 ਸਾਲ ਤੇ ਮੈਂ ਐਜੂਕੇਸ਼ਨ ਦੇ ਵਿੱਚ, ਮੈਨੂੰ ਮੌਕਾ ਮਿਲਿਆ ਬੱਚਿਆਂ ਨੂੰ ਪੜ੍ਹਾਉਣ ਦਾ, ਉਸ ਤੋਂ ਬਾਅਦ ਮੈਂ ਹੁਣ ਘਰ ਹੀ ਆਪਣਾ ਸਮੇਂ ਗੁਜ਼ਾਰਦਾ। ਮੈਂ ਇੱਕ ਚੀਜ਼ ਮਹਿਸੂਸ ਕੀਤੀ, ਜੋ ਮੈਂ ਸੁਣਿਆ ਪੜ੍ਹਿਆ ਤੁਹਾਡੀ, ਉਸ ਸੁਣ ਦੇ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਨੂੰ ਬਾਬਾ ਜੀ ਤੋਂ ਇੱਕ ਗੱਲ ਲੱਭੀ, ਕਹਿੰਦੇ ਪੜ੍ਹਿਆ ਨਾਹੀ ਭੇਦ ਬੁੱਝਿਆ ਪਾਪ। ਪੜ੍ਹੀ ਜਾਓ, ਤੁਸੀਂ ਜਿੰਨਾ ਮਰਜ਼ੀ ਪੜ੍ਹ ਲਓ, ਜਦ ਤੱਕ ਅਸੀਂ ਉਸ 'ਤੇ ਵਿਚਾਰ ਨਹੀਂ ਕਰਾਂਗੇ ਤਾਂ ਉਹਦਾ ਭੇਦ ਸਾਨੂੰ ਸਮਝ ਨਹੀਂ ਆਉਂਦਾ। ਇਸ ਦੇ ਨਾਲ ਹੀ ਫਿਰ ਗੱਲ ਧਰਮਾਂ ਦੀ ਆ ਗਈ। ਮੈਂ ਇੱਥੇ ਬੇਨਤੀ ਕਰਦੇ ਹਾਂ ਕਿ ਮੈਂ ਇਹ ਸਮਝਦਾ ਕਿ ਮੇਰਾ ਕੋਈ ਧਰਮ ਨਹੀਂ, ਕਿਉਂਕਿ ਧਰਮ ਇੱਕ ਬਹੁਤ, ਸਵਾਮੀ ਵਿਵੇਕਾਨੰਦ ਨੂੰ ਕਿਸੇ ਨੇ ਪੁੱਛਿਆ ਸੀ ਕਿ ਧਰਮ ਕੀ ਹੈ, ਉਸਨੇ ਕਿਹਾ ਕਿ ਇਹਦਾ ਰਿਲੀਜਨ ਜਾਂ ਧਰਮਾ ਇਸ ਏ ਡਾਇਨਾਮਿਕ ਕਨਸੈਪਟ, ਇਹ ਤਾਂ ਇੱਕ ਬਹੁਤ ਵਿਸ਼ਾਲ ਚੀਜ਼ ਹੈ। ਹਿੰਦੂ, ਸਿੱਖ, ਮੁਸਲਿਮ, ਈਸਾਈ, ਮੈਂ ਇਹਨਾਂ ਨੂੰ ਧਰਮ ਨਹੀਂ ਮੰਨਦਾ। ਸੱਚੋ ਨੇ ਸਭ ਕੋ ਉੱਪਰ ਸੱਚ ਆਚਾਰ, ਸੱਚ ਤੋਂ ਉਰੇ ਸਭ ਕੁਛ ਹੈ ਪਰ ਉਸ ਤੋਂ ਵੀ ਉੱਪਰ ਸੱਚਾ ਆਚਰਣ ਹੈ। ਜਿਸਦਾ ਆਚਰਣ ਸੱਚ ਨਾਲ ਜੁੜਿਆ ਹੋਇਆ ਹੈ ਉਹ ਬੰਦਾ ਧਰਮੀ ਹੈ। ਮੈਂ ਤਾਂ ਉਸੇ ਨੂੰ ਧਰਮ ਸਮਝਦਾ। ਬਾਕੀ ਫਿਰ ਗੱਲ ਆ ਗਈ ਗੁਰੂ ਦੀ, ਗੱਗੇ ਨੂੰ ਔਂਕੜ ਰਾਰਾ ਗੁਰ, ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਗੁਰੂ, ਗੱਗੇ ਨੂੰ ਔਂਕੜ ਰਾਰੇ ਨੂੰ ਕਲੈਂਕੜ ਗੁਰੂ, ਗੱਗੇ ਨੂੰ ਔਂਕੜ ਰਾਰੇ ਨੂੰ ਸਹਾਰੀ ਗੁਰੂ। ਹੁਣ ਇਹਨਾਂ ਚਾਰਾਂ ਹੀ ਸ਼ਬਦਾਂ ਦੇ ਅਰਥ ਅਲੱਗ ਅਲੱਗ। ਚਲੋ, ਬਹੁਤੀਆਂ ਗੱਲਾਂ ਤਾਂ ਨਾ ਸਹੀ, ਆਪਾਂ ਗੁਰ ਤੋਂ ਹੀ ਸ਼ੁਰੂ ਕਰੀਏ। ਗੱਗੇ ਨੂੰ ਔਂਕੜ ਰਾਰਾ ਗੁਰ, ਉਹ ਤੈਂ ਕਿਤੇ ਗੁਰ ਲਿਆ, ਤੈਨੂੰ ਕਿਹਨੇ ਗੁਰ ਦਿੱਤਾ। ਗੁਰ ਦਾ ਅਰਥ ਹੈ ਗਿਆਨ, ਕਿਉਂਕਿ ਬਾਣੀ ਵੀ ਕਹਿੰਦੀ ਹੈ, ਮੈਂ ਬੜੀ ਇਹ ਸੁਣਿਆ ਹੀ ਹੈ, ਗੁਰ ਬਿਨ ਗਿਆਨ ਨਾ ਹੋਏ। ਉਸੇ ਸ਼ਬਦ ਗੁਰੂ ਨਹੀਂ ਲਿਖਿਆ, ਕਈ ਜਗ੍ਹਾ ਸਾਡਿਆਂ ਨੇ ਵੀ ਗਲਤੀਆਂ ਕਰੀਆਂ ਨੇ। ਉੱਥੇ ਪੜ੍ਹਦੇ ਅਸੀਂ ਲਿਖੀਆਂ, ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਜੀਓ ਮਿਲਾ। ਪਹਿਲਾ ਸ਼ਬਦ ਵੀ ਗੁਰ ਹੈ, ਗੁਰੂ ਨਹੀਂ। ਗੋਬਿੰਦ ਦੇ ਨਾਲ ਬੰਦਾ ਨਹੀਂ ਖੜਾ ਹੋ ਸਕਦਾ, ਗੁਰ ਖੜਾ ਹੋ ਸਕਦਾ। ਇੱਕ ਪਾਸੇ ਗਿਆਨ ਹੈ, ਗੁਰ ਹੈ, ਇੱਕ ਪਾਸੇ ਪਰਮੇਸ਼ਵਰ ਗੋਬਿੰਦ ਖੜਾ ਹੈ। ਕਹਿੰਦਾ ਬਲਿਹਾਰੀ ਗੁਰ ਆਪਣੇ, ਗੁਰੂ ਨਹੀਂ ਲਿਖਿਆ ਉੱਥੇ। ਉਹ ਗਿਆਨ, ਉਹ ਨਾਮ, ਮੈਂ ਉਹਦੇ ਬਲਿਹਾਰੀ ਹਾਂ ਜਿਹਨੇ ਮੈਨੂੰ ਗੋਬਿੰਦ ਦੇ ਨਾਲ, ਪਰਮੇਸ਼ਰ ਦੇ ਨਾਲ ਬੁਲਾ। ਠੀਕ ਹੈ, ਸਾਡੇ ਦਸਮ ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ ਸੀ, ਦੇਖੋ ਮੈਂ ਪੜ੍ਹਿਆ ਕਿਤੇ ਨਹੀਂ, ਮੈਂ ਸੁਣੀ ਹੋਈ ਗੱਲ ਦੱਸਦਾ, ਸ਼ਾਇਦ ਸਹੀ ਹੋਵੇ ਜਾਂ ਗਲਤ ਹੋਵੇ ਤੁਸੀਂ ਵਿਚਾਰ ਲਿਓ, ਕਿਉਂਕਿ ਦਾਸ ਦੀ
ਸਮਝਿਆ ਹੋਣਾ ਕਿਸੇ ਵਿਅਕਤੀ ਨੂੰ ਉਹਨਾਂ ਨੇ ਜ਼ਰੂਰ ਕੀਤਾ। ਸੋ ਇਸ ਲਈ ਕੀ ਹੈ, ਵੀ ਸ਼ੁੱਡ ਅਟੈਚ ਮੋਰ ਇੰਪੋਰਟੈਂਸ ਟੂ ਟਰੂ ਨੌਲੇਜ ਦੈਨ ਗਰਮਨ ਪ੍ਰਸ਼ਾ। ਮੇਰੇ ਸਾਥੀ ਆਏ ਨੇ, ਪਿੱਛੇ ਮੁਲਾਕਾਤ ਹੋਈ ਸੀ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ, ਸ਼ਾਇਦ ਬਾਬਾ ਜੀ ਨੇ ਉਹਨਾਂ ਨੂੰ ਸੇਧ ਦਿੱਤੀ ਸੀ। ਉਹ ਬਾਬਾ ਜੀ ਮੈਨੂੰ ਕਹਿਣ ਲੱਗੇ ਵੀ ਇਹਦੀ ਆਪਾਂ ਪੰਜਾਬੀ ਕਰ ਲਈ। ਮੈਂ ਕਿਹਾ ਜੀ ਅੱਛਾ, ਮੈਂ ਕੋਸ਼ਿਸ਼ ਕਰਦਾ। ਉਹ ਅੰਗਰੇਜ਼ੀ ਸੀ, ਉਹਦੀ ਪੰਜਾਬੀ ਕੀਤੀ। ਉਹਦੇ 'ਚ ਉਹਨਾਂ ਨੇ 35 ਵਿਅਕਤੀਆਂ ਦੇ ਨਾਂ ਲਿਖੇ ਨੇ, 35 ਇਹਨਾਂ ਨੇ ਗੁਰਬਾਣੀ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਉਹ 35 ਦੇ ਵਿੱਚੋਂ ਮੈਂ ਬੜਾ ਹੈਰਾਨ ਹੋਇਆ, 16 ਬ੍ਰਾਹਮਣ, 11 ਭੱਟ ਬ੍ਰਾਹਮਣ ਔਰ 5 ਹੋਰ, ਰਾਮਾਨੰਦ, ਜੈਦੇਵ, ਸੂਰਦਾਸ, ਇਸ ਤਰ੍ਹਾਂ ਇਸ ਤਰ੍ਹਾਂ। ਉਹ ਮੈਨੂੰ ਤੁਹਾਨੂੰ ਇਸ ਤੋਂ ਇਹਦੇ 'ਚ ਕੁਛ ਵੀ ਬਿਲਕੁਲ ਲੱਗ ਰਿਹਾ, ਮੈਂ ਆਪਣੇ ਮਨ ਦੀ ਗੱਲ ਦੱਸ ਰਿਹਾ। ਮੈਂ ਕਿਸੇ ਨੂੰ ਪੁੱਛਿਆ, ਪੰਡਿਤ ਜੀ ਇਹ ਭਗਤ ਦਾ ਅਰਥ ਕੀ ਹੈ? ਕਹਿੰਦਾ ਬਾਬੂ ਜੀ, ਜਿਹੜਾ ਬੰਦਾ ਰਾਮ ਰਾਮ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਮਾਲਾ ਫੇਰਦਾ। ਮੈਂ ਕਿਹਾ ਮੈਨੂੰ ਤਾਂ ਭਗਤ ਦੀ ਪਰਿਭਾਸ਼ਾ ਇਹ ਲੱਗੀ। ਮੈਂ ਬਾਬਾ ਜੀ ਦੇ ਨਾਲ ਮੇਰੀ ਮੁਲਾਕਾਤ 5-4 ਘੰਟਿਆਂ ਦੀ ਇਹ ਹੈ, ਜ਼ਿਆਦਾ ਨਹੀਂ ਹੈ। ਸਾਡੇ ਇੱਕ ਸਾਥੀ ਸੀ, ਉਹ ਗੁਰਮੀਤ ਸਿੰਘ ਖੰਨੇ ਤੋਂ, ਸ਼ਾਮ ਨੂੰ ਤੁਹਾਨੂੰ ਪਤਾ ਹੀ ਇਸ ਆਦਮੀ ਨੇ ਘੁੰਮਣ ਜਾਂਦੇ ਨੇ ਸੈਰ ਕਰਨ, ਉਹ ਉੱਥੇ ਬੈਠ ਜਾਂਦੇ ਸੀ, ਬਾਬਾ ਜੀ ਕੋਲ ਆਉਂਦੇ ਸੀ। ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਕਿ ਮਾਸਟਰ ਜੀ ਤੁਸੀਂ ਸਾਡੇ ਨਾਲ ਚੱਲਿਓ, ਵੀ ਤੁਹਾਨੂੰ ਬਾਬਾ ਜੀ ਦੇ ਕੋਲ ਦਰਸ਼ਨ ਕਰਾਵਾਂਗੇ। ਮੈਂ ਗਿਆ ਸਵੇਰੇ, ਇੱਕ ਘੰਟਾ ਇਹ ਕਲਾਸ ਲਾਉਂਦੇ ਨੇ ਅਤੇ 9 ਇਹਨਾਂ ਨੇ ਰੱਖਿਆ ਸੱਚ ਖੋਜ ਅਕੈਡਮੀ, ਜਿਹੜਾ ਤੁਸੀਂ ਦੇਖ ਰਹੇ ਹੋ। ਪਹਿਲਾਂ ਮੈਂ ਸੋਚਿਆ ਸੀ ਜਾਣ ਤੋਂ ਪਹਿਲਾਂ, ਮੈਂ ਕਿਹਾ ਵੀ ਜਿਸ ਤਰ੍ਹਾਂ ਬਾਕੀ ਬੜੇ ਬੜੇ ਆਸ਼ਰਮ ਹੁੰਦੇ ਨੇ, ਬੜੇ ਬੜੇ ਸਕੂਲ ਹੁੰਦੇ ਨੇ, ਬੜੇ ਬੜੇ ਕਾਲਜ ਹੁੰਦੇ ਨੇ, ਵੀ ਇਸ ਤਰ੍ਹਾਂ ਦੀ ਕੋਈ ਅਕੈਡਮੀ ਹੋਣੀ ਹੈ? ਤੁਸੀਂ ਹੈਰਾਨ ਮੰਨੋ, ਮੈਨੂੰ ਜਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ, ਪਹਿਲਾਂ ਤਾਂ ਮੈਂ ਇਹ ਫਿਜ਼ੀਕਲ ਫੀਚਰਸ ਦੇ ਉੱਤੇ ਆਊਂਗਾ, ਭੌਤਿਕ ਚੀਜ਼ਾਂ ਦੇ ਉੱਤੇ, ਗਿਆਨ ਦੀ ਤਾਂ ਬਾਕੀ ਗੱਲ ਨਹੀਂ ਮੈਂ ਦੱਸ ਸਕਦਾ। ਜਦ ਮੈਂ ਦੇਖਿਆ, ਫਿਰ ਮੈਂ ਬਾਬਾ ਜੀ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਤੁਹਾਡਾ 5-4 ਦਿਨ ਦੀ ਗੱਲ ਹੈ, ਵੀ ਤੁਹਾਡੇ ਕਮਰੇ ਦੀ ਡਾਇਮੈਂਸ਼ਨ ਕੀ ਹੈ? ਕਹਿੰਦੇ ਜੀ ਇਹ 11x18 ਫੁੱਟ ਹੈ। ਮੈਂ ਲਿਖਣ ਲੱਗਿਆ ਸੀ 10x12x10 ਦਾ ਮੈਨੂੰ ਲੱਗਿਆ ਸੀ। ਉਹ ਮੈਂ ਕਿਹਾ 11x18 ਫੁੱਟ ਦੇ ਕਮਰੇ 'ਚ ਨਾ ਕੋਈ ਫਰਨੀਚਰ, ਨਾ ਕੁਛ ਹੋਰ, ਬਾਬਾ ਜੀ ਇੱਕ ਉਹ ਤਖ਼ਤ ਉਸ ਵਰਗਾ ਇੱਕ ਪਲੰਘ ਗਿਆ, ਉਹਦੇ ਉੱਤੇ ਬੈਠੇ ਸਾਨੂੰ ਪਰਮਚਨ ਦੇ ਰਹੇ ਸੀ। ਇੱਕ ਘੰਟਾ ਹੀ ਸੁਣਿਆ, ਹਲੂਣੇ ਕਈ ਆ ਗਏ, ਕਾਫੀ ਹਲੂਣੇ ਆ ਗਏ। ਉਹ ਮੈਂ ਕਿਹਾ ਮੈਂ ਤਾਂ ਕਾਫੀ ਡੇਰੇ, ਕਾਫੀ ਆਸ਼ਰਮ ਬਹੁਤ ਦੇਖੇ, ਬੜੇ ਬੜੇ ਸਾਧ ਸੰਤ ਵੀ ਦੇਖੇ, ਮਹੰਤ ਵੀ, ਹੈ ਇੱਥੇ ਤਾਂ ਕੁਛ ਹੋ ਰਿਹਾ ਆ ਸਧਾਰਨ ਦੇ ਕਮਰੇ 'ਚ। ਫਿਰ ਮੈਂ ਸੋਚਿਆ ਮਨਾ, ਫਿਰ ਤਾਂ ਗਾਗਰ 'ਚ ਸਾਗਰ ਹੈ, ਗਾਗਰ 'ਚ ਸਾਗਰ ਆ ਗਿਆ। ਮੈਂ 2002 'ਚੋਂ ਏ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ ਰਿਟਾਇਰ ਹੋ ਕੇ 4 ਸਾਲ ਪ੍ਰਾਈਵੇਟ ਸਕੂਲ ਹੈ ਉੱਥੇ ਪ੍ਰਿੰਸੀਪਲ ਵੀ ਰਿਹਾ ਅਤੇ 2006 'ਚੋਂ ਉੱਥੇ ਆ ਗਿਆ। ਮੈਂ ਘਰ ਵਾਲੀ ਨੂੰ ਕਿਹਾ, ਮੈਂ ਕਿਹਾ ਵੀ ਤੁਹਾਨੂੰ ਘਰ, ਮੈਂ ਤਾਂ ਥੋੜ੍ਹਾ ਜਿਹਾ ਪਹੁੰਚ ਹੋ ਗਿਆ ਹੋਇਆ, ਵੀ ਤੈਨੂੰ ਵੀ ਮੈਂ ਤੀਰਥ ਯਾਤਰਾ ਕਰਵਾ ਦਿਆਂ। ਮੇਰੇ ਮਨ 'ਚ ਸੀ, ਮੈਂ ਉਹ ਸ਼ਿਵਜੀ ਦਾ, ਭੋਲੇ ਸ਼ੰਕਰ ਦਾ ਥੋੜ੍ਹਾ ਜਿਹਾ ਮੈਨੂੰ ਜ਼ਿਆਦਾ ਧਿਆਨ ਸੀ। ਪਹਿਲਾਂ ਸੋਚਿਆ ਮੈਂ 12 ਜੋਤੀਰਿੰਗ ਨੇ ਸ਼ਿਵਜੀ ਦੇ ਹਿੰਦੁਸਤਾਨ 'ਚ, ਵੀ ਉਹ ਕਰ ਲਵਾਂ। ਫਿਰ ਮੈਂ ਨਾਲ ਨਾਲ ਜੋ ਜੋ ਰਸਤੇ 'ਚ ਗੁਰਦੁਆਰਾ ਸਾਹਿਬਾਨ ਸਾਹਿਬ, ਕੋਈ ਹੋਰ ਇਤਿਹਾਸਿਕ ਜਗ੍ਹਾ, ਮੈਂ ਸਾਰੀਆਂ ਗੁਰਦੁਆਰੇ ਵੀ ਕਰੇ। ਫਿਰ ਮੈਂ ਜੈਨੀਆਂ ਬੋਧੀਆਂ ਦੇ ਸਥਾਨ ਵੀ ਕਰੇ। ਫਿਰ ਮੈਂ ਅਜਮੇਰ ਸ਼ਰੀਫ ਮੁਸਲਮਾਨਾਂ ਦੇ ਵੀ ਉੱਥੇ ਵੀ ਗਿਆ। ਫਿਰ ਮੈਂ ਉਸਨੂੰ, ਮੈਂ ਕਿਹਾ ਕਿਹੜਾ ਰਹਿ ਗਿਆ, ਨੇਪਾਲ ਵੀ ਲੈ ਕੇ ਚਲਿਆ ਗਿਆ। ਪਰ ਤੁਸੀਂ ਯਕੀਨ ਮੰਨਿਓ, ਮੈਨੂੰ ਕੁਛ ਨਹੀਂ ਮਿਲਿਆ। ਤੀਰਥ ਮੈਂ ਸਾਰੇ ਹਿੰਦੁਸਤਾਨ ਦੇ ਕੁਛ ਨਹੀਂ ਮਿਲਿਆ। ਫਿਰ ਮੈਂ ਸੋਚਿਆ ਮਨਾ, ਤੂੰ ਬਾਹਰ ਫਿਰੀ ਜਾਂਦਾ, ਮਨ ਨੂੰ ਸਟਾਈਕ ਕੀਤਾ ਜਾਂ ਮੈਂ ਬਾਬਾ ਜੀ ਕੋਲ ਆਇਆ, ਤੂੰ ਬਾਹਰ ਅੰਦਰ ਤਾਂ ਤੂੰ ਕਦੇ ਵੜਿਆ ਹੀ ਨਹੀਂ।
ਤਾਂ ਬਾਰੇ ਫਿਰ ਹੀ ਜਾਂਦੇ। ਫਿਰ ਥੋੜ੍ਹੀ ਜਿਹੀ ਸਮਝ ਆਈ ਇਹਨਾਂ ਦੇ ਪ੍ਰਵਚਨ, ਪੰਜ ਚਾਰ ਘੰਟੇ ਦੀ ਗੱਲ ਹੈ, ਬਹੁਤੇ ਨਹੀਂ ਸਾਡੀ ਕੋਈ ਮੁਲਾਕਾਤ। ਫਿਰ ਮੈਂ ਕਿਹਾ ਮੈਂ ਸ਼ਬਦ ਧਿਆ, ਇਹਨਾਂ ਨੇ ਦੱਸਿਆ ਸੀ ਕਹਿੰਦੇ ਸ਼ਬਦ ਗੁਰੂ ਸਬਦ ਤੋਂ ਚੇਲਾ। ਬਾਣੀ ਦੇ ਵਿੱਚ ਗੁਰੂ ਸ਼ਬਦ ਨੂੰ ਪਰ ਇਹੀ ਚੀਜ਼ ਨਾਮ ਪਦਾਰਥ ਨਾਨਕ ਮੰਗੇ, ਨਾਨਕ ਨੇ ਹੋਰ ਨਹੀਂ ਕੁਛ ਵੀ ਮੰਗਿਆ, ਉਹਨੇ ਨਾਮ ਮੰਗਿਆ। ਮੈਂ ਇੱਕ ਆਰਟੀਕਲ ਜਿਹਾ ਲਿਖਣ ਲੱਗਿਆ ਅੰਗਰੇਜ਼ੀ 'ਚ, ਟਰੁੱਥ ਇਜ਼ ਗੋਡ ਐਂਡ ਗੋਡ ਇਜ਼ ਟਰੁੱਥ, ਅਤੇ ਮੈਂ ਬਾਬਾ ਜੀ ਨੂੰ ਦਿਖਾਇਆ ਸੁਣਾਇਆ ਜਿੱਥੇ ਮੈਂ ਗੁਰਬਾਣੀ ਸ਼ਬਦ ਲਿਖਿਆ, ਕਹਿੰਦੇ ਬੇਦਬਾਣੀ ਵੀ ਲਿਖ ਲਓ ਬ੍ਰੈਕਟ। ਮੈਂ ਕਿਹਾ ਵੀ ਜੇ ਮੈਂ ਬੇਦਬਾਣੀ ਲਿਖਿਆ ਮੇਰੇ ਬਾਕੀ ਭਾਗ 'ਤੇ ਗੁੱਸੇ ਨਾ ਹੋ ਜਾਣ ਵੀ ਤੁਸੀਂ ਗੁਰਬਾਣੀ ਨੂੰ ਬੇਦਬਾਣੀ, ਕਹਿੰਦੇ ਤਾਂ ਬੇਦਬਾਣੀ ਹੈ ਗੁਰਬਾਣੀ, ਜਿਹੜੀ ਹੈ ਬੇਦਬਾਣੀ ਹੈ, ਵੇਦਾਂ ਦਾ ਹੀ ਤੱਤ ਹੈ ਗੁਰਬਾਣੀ, ਆਹ ਗੱਲਾਂ ਤੁਸੀਂ ਯਕੀਨ ਮੰਨਿਓ। ਮੈਂ ਕਿਹਾ ਇਹਨਾਂ ਦੇ ਕੋਲ ਤਾਂ ਕੋਈ ਐਸੀ ਗੱਲੇ ਨਹੀਂ ਜਿਹੜੀ ਮੈਂ ਮਹਿਸੂਸ ਕਰਦਾ ਸੀ ਔਰ ਮੈਨੂੰ ਹੋਈ ਹੈ, ਹੈ। ਕਹਿੰਦੇ ਇਹ ਤਾਂ ਸਾਡੇ ਜਿਹੜੇ ਨੇ ਧਰਮਾਂ ਦੇ ਵਿੱਚ ਨਫ਼ਰਤ ਜਿਹੜੀ ਪਾਈ ਹੋਈ ਹੈ, ਆਹ ਹਿੰਦੂ ਆ, ਸਿੱਖ ਹੈ, ਆਹ ਬ੍ਰਾਹਮਣ ਹੈ, ਆਹ ਕੰਗੂ ਨੇ ਐਂ ਕਰਤਾ, ਫਲਾਣੇ ਨੇ ਐਂ ਕਰਤਾ। ਕਹਿੰਦੇ ਉਹ ਮਤੀਦਾਸ, ਸਤੀਦਾਸ, ਭਾਈ ਦਿਆਲਦਾਸ ਦੀ ਤਾਂ ਗੱਲੇ ਨਹੀਂ ਕਰਦੇ, ਉਹ ਕੰਗੂ ਦੀ ਗੱਲ ਕਰੀ ਜਾਂਦੇ ਨੇ। ਤੇਗ ਬਹਾਦਰ ਸਾਹਿਬ ਦੇ ਨਾਲ ਕਹਿੰਦੇ ਇਹਨਾਂ ਨੂੰ ਬਾਅਦ 'ਚ ਕਰੋ, ਜੋ ਕੁਛ ਕਰਨਾ ਉੱਥੇ ਦਿੱਲੀ ਔਰੰਗਜ਼ੇਬ ਸਾਹਿਬ ਨੂੰ ਕਹਿੰਦੇ, ਪਹਿਲਾਂ ਸਾਡੇ 'ਤੇ ਆਰੇ ਹੋਏ ਜਿਹੜੇ ਤੇਰੇ ਨੇ ਸਾਡੇ 'ਤੇ ਚਲਾ। ਉਹ ਬਾਹਮਣ ਸੀ। ਫਿਰ ਮੈਂ ਇੱਕ ਕਿਤਾਬ ਉਹਨੂੰ ਨਾਲ ਲਿਆਉਂਦੀ ਹੈ, ਇੱਕ ਆਈ ਐੱਸ ਅਫਸਰ ਰਿਟਾਇਰਡ ਨੇ, ਮੋਹਾਲੀ ਰਹਿੰਦੇ ਨੇ, ਉਹਨਾਂ ਨੇ ਲਿਖੀ ਹੈ ਸਿੱਖ ਇਤਿਹਾਸ ਦੇ ਬ੍ਰਾਹਮਣ ਵਿਦਵਾਨ ਯੋਧੇ ਅਤੇ ਸ਼ਹੀਦ। ਉਹਦੇ 'ਚ ਕੋਈ 100-150 ਬ੍ਰਾਹਮਣਾਂ ਦੀ ਲਿਸਟ ਦਿੱਤੀ ਹੈ। ਮਾਫ ਕਰਨਾ, ਮੈਂ ਕੋਈ ਇਹ ਪ੍ਰਚਾਰ ਨਹੀਂ ਕਰ ਰਿਹਾ, ਇਹ ਮੈਂ ਤੁਹਾਨੂੰ ਸੱਚੀ ਗੱਲ ਦੱਸ। ਉਹ ਮੈਨੂੰ ਬਾਬਾ ਜੀ ਧਰਮ ਸਿੰਘ ਉਹਨਾਂ ਕੋਲ ਕੋਈ ਛੋਟੇ ਜਿਹੇ ਕਮਰੇ 'ਚ ਬੈਠੇ ਨੇ, ਅਤੇ ਮੈਂ ਸੋਚਿਆ ਵੀ ਕੋਈ ਗੱਲਾਂ ਗੁੱਲਾਂ ਰੱਖਿਆ ਹੋਇਆ ਹੋ, ਕੋਈ ਗੋਲ ਕਰਕੇ ਹੋਵੇ, ਮੈਂ ਵੀ ਦੱਸ ਕਰਦੀ ਹੈ ਬਾਦਮਾ, ਉਹ ਵੀ ਨਾ ਮਿਲੀ। ਫਿਰ ਮੈਂ ਸੋਚਿਆ ਕੋਈ ਪਰਚੀ ਕੱਟਦੇ ਹੋਣੇ ਨੇ, ਉਹ ਵੀ ਨਹੀਂ ਮਿਲੀ। ਉਹ ਮੈਂ ਕਿਹਾ ਇਹ ਵੀ ਕਹਾਣੀ ਹੈ, ਤੂੰ ਤਾਂ ਜਿੱਥੇ ਵੀ ਗਿਆ, ਹਾਂਜੀ, ਕਈ ਜਗ੍ਹਾ ਤਾਂ ਬਾਹਾਂ ਹੀ ਤੋੜ ਦਿੰਦੇ ਸੀ। ਮੈਂ ਘਰ ਵਾਲੀ ਨੂੰ ਕਹਿਣਾ ਵੀ ਰੁਪਈਆ ਤਾਂ 100 ਰੱਖਿਆ ਹੋਇਆ ਹੱਥ 'ਚ, ਵੀ ਇਹ ਤਾਂ ਬਾਹਾਂ ਹੀ ਖਿੱਚੀ ਜਾਂਦੇ ਨੇ, ਵੀ ਕਿਤੇ ਭੱਜ ਨਾ ਜਾਵੇ ਲੈ ਕੇ। ਗੱਗਰ ਦੇ ਕਾਲੀ ਮਾਤਾ ਦੇ ਮੰਦਰ ਸੀ, ਮਸੀ ਉੱਥੇ, ਉਹ ਰੁਪਈਏ 100 ਨੂੰ ਦਿੰਦੇ ਨਾ, ਭੀੜ ਜ਼ਿਆਦਾ ਸੀ, ਬਾਹਾਂ ਖਿੱਚਣ ਵਿੱਚ ਛੇਤੀ ਲੈ ਲਈ। ਫਿਰ ਮੈਂ ਕਾਸ਼ੀ ਵਿਸ਼ਵਨਾਥ ਬਨਾਰਸ ਗਿਆ, ਉੱਥੇ ਜਦੋਂ ਆਪ ਸੀ ਪੂਜਾ ਕਰਾਉਣੀ, ਉਹ 250 ਰੁਪਏ ਮੈਂ ਉਹਨੂੰ ਮੇਨ ਨੂੰ ਦਿੱਤੇ, ਉਹ ਨਾਲ ਉਹਨੂੰ 3-4 ਰੁਪਏ ਨੂੰ ਵੀ ਦੋ ਜੀ, 100 ਉਹਨੂੰ ਦਿੱਤਾ, 100 ਨੂੰ ਦਿੱਤਾ। ਉਸ ਤੋਂ ਬਾਅਦ ਮੈਂ ਨਜ਼ਰ ਦੀ ਮਾਰੀ, ਪੇਂਟ ਵੀ ਉੱਖੜਿਆ ਹੋਇਆ, ਉਹ ਦੂਸਰਾ ਪਲਸਤਰ ਵੀ ਉੱਖੜਿਆ ਹੋਇਆ। ਮੈਂ ਕਿਹਾ ਪੰਡਿਤ ਜੀ ਇੱਥੇ ਕਰੋੜਾਂ ਰੁਪਈਏ ਚੜ੍ਹਦੇ ਨੇ, ਵੀ ਤੁਸੀਂ ਮਾੜਾ ਮੋਟਾ ਇਹਨੂੰ ਕੁਛ ਸਮਾਰ ਲਿਆ ਕਰੋ। ਕਹਿੰਦੇ ਅਸੀਂ ਤਾਂ ਸਮਾਰੀਏ ਸ਼ਰਧਾਲੂ ਕਿਉਂ, ਮੈਂ ਕਿਹਾ ਤੁਹਾਡਾ, ਕਹਿੰਦੇ ਤਾਂ ਐਫੀਆਂ ਕਰੀ ਆਉਂਦੇ ਨੇ, ਕਰੋੜਾਂ ਰੁਪਏ ਵਿਆਜ ਆਉਂਦਾ ਸਾਨੂੰ। ਸੋ ਧਰਮਾਂ ਦੀ ਆਹ ਹਾਲਤ, ਬਹੁਤਾ ਮੈਂ ਸਮਾਂ ਨਹੀਂ ਰਹਿੰਦਾ, ਮੈਨੂੰ ਦੱਸ ਵੀ ਦਿਓ, ਗੱਲਾਂ ਤਾਂ ਮੈਂ ਕਾਫੀ ਕਰਨੀਆਂ ਨੇ। ਅੱਜ ਕਿਤਾਬ ਦੀ ਵੀ ਮੈਂ ਨਾਲ ਲਿਆਇਆ, ਜੇ ਕਹੋ ਇੱਕ ਅੱਧੀ ਕਵਿਤਾ ਪੜ੍ਹ ਦੂੰਗਾ, ਕਿਉਂਕਿ ਐਂ ਨਾ ਹੋਰ ਵੀ ਸੱਜਣਾ ਨੇ ਬਹੁਤ ਬੋਲਣ। ਪਰ ਮੈਂ ਤੁਹਾਨੂੰ ਯਕੀਨ ਮੰਨਿਆ, ਆ ਮੈਂ ਭਗਤ ਦੀ ਗੱਲ ਕਰ ਰਿਹਾ ਸੀ, ਅਤੇ ਮੈਂ ਇੱਕ ਆਪਣੇ ਭਾਈ ਦੀ ਗ੍ਰੰਥੀ ਨੂੰ ਪੁੱਛਿਆ, ਮੈਂ ਕਿਹਾ ਵੀ ਭਾਈ ਜੀ ਭਗਤ ਦਾ ਅਰਥ ਕੀ ਹੁੰਦਾ? ਕਹਿੰਦਾ ਜੀ ਉਹ ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਮਾਰਾ ਪੁੱਛਣਾ ਮੁੱਖ ਨਹੀਂ। ਤੁਸੀਂ ਯਕੀਨ ਮੰਨਿਆ ਹੋਣਾ ਮੈਂ ਤੁਹਾਨੂੰ ਸੱਚ ਬੋਲਦਾ। ਪਹਿਲਾਂ ਮੈਂ ਮਿੱਠਾ ਬਹੁਤ ਖਾਧਾ, ਮੈਨੂੰ ਸ਼ੂਗਰ ਹੋ ਗਿਆ, ਆ ਦੂਆ ਨਹੀਂ ਜਲੇਬੀਆਂ, ਉਹ ਤਾਂ ਖਾਧਾ ਗਿਆ, ਕੋਈ ਕੋਈ ਵੀ ਆ ਸੱਚ 35 ਸਾਲ ਅਤੇ ਦਵਾਈ ਦੂਈ ਖਾਣਾ, ਉਹ ਝੂਠ ਮਿੱਠਾ, ਮੈਂ ਝੂਠ ਨੂੰ ਮਿੱਠਾ, ਉਹ ਅਸੀਂ ਖਾਂਦੇ ਜਿੱਥੇ ਵੀ ਜਾਈਏ, ਉਹ ਸਾਨੂੰ ਝੂਠ ਨਹੀਂ ਮਿਲਦਾ। ਮੈਨੂੰ ਬਾਬਾ ਜੀ ਕੋਲ ਉਹ, ਮੈਂ ਕੁਛ ਡਾਕਟਰ ਕੋਲ ਜਾਊਂਗੇ, ਮੈਨੂੰ ਸ਼ੁਗਰ ਹੋਈ, ਉਹ ਕਹੂੰਗਾ ਮਿੱਠਾ ਛੱਡ ਦੇ। ਇਹਨਾਂ ਕੋਲ ਇੱਕ ਦਵਾਈ ਹੈ, ਇਹਨਾਂ ਨੂੰ ਕਹਿੰਦੇ ਸਰਪ ਰੋਗ ਕੋ ਔਖਦ ਨਾਮ, ਨਾਮ ਦੀ ਦਵਾਈ ਮੈਨੂੰ ਇਹਨਾਂ ਕੋਲੋਂ, ਹਾਂਜੀ। ਹੁਣ ਮੈਂ ਆਰਾਮ ਤਾਂ ਨਹੀਂ ਆਇਆ ਹਾਲੇ, ਆ ਗਿਆ
बजे आऊगा, आराम नहीं मिलया। आ गया मैं, हाले आया है ना, थोड़े रस्ते से आ गया है जी, ये मूहे चल रहे ने, मैं इन्होंने पिछे चलता, इस करके जब आराम आ जाऊ फिर मैं थोड़ा दसूंगा। गुर का अर्थ भी ज्ञान है, नाम का अर्थ भी ज्ञान है, करण का अर्थ भी ज्ञान है, वेद का अर्थ भी ज्ञान है। सारी कहानी और पहले शब्द से अच्छा लिखा हुआ कि मेरे सच को या बैठने
ਉੱਥੇ ਤਾਂ ਹੁਣ ਮੈਂ ਤਾਂ ਜਾਵਾਂਗੇ, ਇੱਥੇ ਨਾ ਹੋਵੇ ਤਾਂ ਹੁਣ ਇੱਥੇ ਹੀ ਆ। ਇਸ ਕਰਕੇ ਉਹ ਤੂੰ ਬੋਲ ਰਿਹਾ ਹੈ ਸਰਬ ਸਮਾਨ, ਇਹ ਬਿਲਕੁਲ ਉਹਦਾ ਇੱਕ ਸ਼ਲੋਕ ਹੈ ਔਰ ਬਹੁਤ ਕ੍ਰਾਂਤੀਕਾਰੀ ਹੈ। ਸੋ ਕਹਿਣ ਦਾ ਮੇਰਾ ਭਾਵ ਇਹ ਹੈ, ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ, ਵੀ ਬਾਬਾ ਜੀ ਕੋਲੋਂ ਆ ਕੇ ਪਹਿਲੇ ਮੇਰੇ ਜਿਹੜੇ ਬੁਲਾਰੇ ਸੀ ਮੈਂ ਉਹਨਾਂ ਦੀ ਪੁਸ਼ਟੀ ਕਰਦਿਆਂ ਵੀ ਵਾਕਈ ਵੀ ਸੱਚ ਇਹਨਾਂ ਕੋਲ, ਜੇ ਆਪਾਂ ਇਹਨਾਂ ਨੂੰ ਮੈਂ ਵਡਿਆਈ ਨਹੀਂ ਕਰਦਾ। ਯਾਦ ਰੱਖੋ, ਜੇ ਤੁਹਾਡੀ ਕੋਈ ਬੰਦਾ ਵਡਿਆਈ ਕਰਦਾ ਤੁਹਾਡਾ ਮਿੱਤਰ ਨਹੀਂ ਹੈ, ਮੈਂ ਐਸਾ ਸੁਣਿਆ ਹੈ, ਉਹ ਤੁਹਾਡਾ ਮਿੱਤਰ ਨਹੀਂ ਹੈ। ਇਸ ਕਰਕੇ ਕੌੜੀ ਦਵਾਈ ਆਰਾਮ ਕਰੂਗੀ ਤੁਹਾਨੂੰ, ਆ ਕੌੜੀ ਦਵਾਈ ਹੈ ਸੱਚ, ਕਿਉਂ ਮੈਂ ਜੀ ਪੜਿਆ ਟਰੁੱਥ ਇਜ਼ ਬਿੱਟਰ, ਸੱਚ ਕੜਵਾ, ਝੂਠ ਮਿੱਠਾ ਹੈ ਔਰ ਸੱਚ ਕੜਵਾ ਹੈ। ਔਰ ਦਵਾਈ ਤਾਂ ਦੇਖੋ ਜੀ ਕੌੜੀ ਹੈ, ਆਰਾਮ ਕਰੂਗੀ, ਮਿੱਠੇ ਨੇ ਤਾਂ ਮਿੱਠੀ ਨੇ ਤਾਂ ਆਰਾਮ ਨਹੀਂ ਕਰਨਾ। ਮੈਂ ਤਾਂ ਹੁਣ ਦੋ ਮਿੰਟੇ ਹੋਰ ਲਊਗਾ ਕਿ ਇਜਾਜ਼ਤ ਹੋਵੇ, ਉਹ ਫਿਰ ਮੈਂ ਉਹ ਕਿਤਾਬ ਦੇ ਨਾਲ ਲਿਆਇਆ। ਮੈਂ ਤੁਹਾਨੂੰ ਨਾ ਕਿ ਮੈਂ ਕਵਿਤਾ ਰੂਪ ਦੇ ਵਿੱਚ ਆ ਸਾਧ ਕਿਹਨੂੰ ਕਹਿੰਦੇ ਨੇ, ਸੰਤ ਕਿਹਨੂੰ ਕਹਿੰਦੇ ਨੇ, ਜੋ ਵੀ ਕਿਹਨੂੰ ਕਿਹਾ, ਫਕੀਰ ਕਿਹਨੂੰ ਕਿਹਾ, ਇਹ ਮੈਂ ਕਵਿਤਾ ਰੂਪ 'ਚ ਪੰਜਾਬੀ 'ਚ ਲਿਖਿਆ। ਸੋ ਮੈਂ ਤੁਹਾਨੂੰ ਜੇ ਇਜਾਜ਼ਤ ਹੋਵੇ ਤਾਂ ਮੈਂ ਦੋ ਲਾਈਨਾਂ ਪੜ੍ਹ ਦਿੰਦਾ। ਨਿਗਾਹ ਵੀ ਥੋੜ੍ਹੀ ਜਿਹੀ ਘਟੀ ਹੋਈ ਹੈ ਪਰ ਫਿਰ ਵੀ ਮੈਂ ਕਿਹਾ ਵੀ ਚਲੋ ਪਹਿਲੀ ਮੈਂ ਕਵਿਤਾ ਲਿਖੀ ਨਿਰਾਕਾਰ ਤੇ ਸਾਕਾਰ। ਨਿਰਾਕਾਰ ਅਤੇ ਸਾਕਾਰ ਕਾਦਰ ਕੁਦਰਤ ਬ੍ਰਹਮ ਵਿਚਾਰ, ਵੇਦ ਬਾਣੀ ਅਤੇ ਗੁਰਬਾਣੀ, ਸਾਗਰ ਲਹਿਰ ਇੱਕੋ ਬਾਣੀ, ਸਾਗਰ ਲਹਿਰ ਇੱਕੋ ਬਾਣੀ, ਵੇਦ ਬਾਣੀ ਸੱਚੀ ਗੁਰਮਤ, ਇੱਕੋ ਗਿਆਨ ਇੱਕੋ ਤੱਤ। ਵੇਦ ਬਾਣੀ ਸੱਚੀ ਗੁਰਮਤ, ਇੱਕੋ ਕਰਤਾ ਇੱਕ ਤੇ ਦੋ ਹੱਥ, ਜਿਵੇਂ ਦੋ ਪਹੀਏ ਇੱਕ ਹੀ ਹੱਥ। ਬ੍ਰਹਮ ਗਿਆਨ ਤੇ ਆਤਮ ਗਿਆਨ, ਉਹੀ ਆਤਮਾ ਉਹੀ ਭਗਵਾਨ। ਬ੍ਰਹਮ ਗਿਆਨ ਤੇ ਆਤਮ ਗਿਆਨ, ਉਹੀ ਆਤਮਾ ਉਹੀ ਭਗਵਾਨ। ਮਨ ਮੁੱਖਾਂ ਦੀ ਕੁਚੀਲ ਮਤ, ਮਨ ਮੁੱਖਾਂ ਦੀ ਕੁਚੀਲ ਮਤ, ਗੁਰਮੁਖ ਗਾਵੇ ਸੱਚੋ ਸੱਚ, ਗੁਰਮੁਖ ਗਾਵੇ ਸੱਚੋ ਸੱਚ। ਮਨਮੁੱਖ ਨਾ ਸਮਝੇ ਨਾ ਜਾਣੇ, ਰਾਮਾਨੰਦ ਬ੍ਰਹਮ ਪਛਾਣੇ। ਮਨਮੁੱਖ ਨਾ ਸਮਝੇ ਨਾ ਜਾਣੇ, ਰਾਮਾਨੰਦ ਬ੍ਰਹਮ ਪਛਾਣੇ। ਜਿਨ ਹਿਰਦੇ ਵਸਿਆ ਸਤਨਾਮ, ਇਹੋ ਵਾਹਿਗੁਰੂ ਇਹੋ ਰਾਮ। ਜਿਨ ਵਸਿਆ, ਜਿਨ ਹਿਰਦੇ ਵਸਿਆ ਸਤਨਾਮ, ਇਹੋ ਵਾਹਿਗੁਰੂ ਇਹੋ ਰਾਮ। ਸਗਲ ਪਸਾਰਾ ਹੈ ਸਾਕਾਰ, ਸਗਲ ਪਸਾਰਾ ਹੈ ਸਾਕਾਰ, ਸਭਨਾ ਤੋਂ ਨਿਆਰਾ ਨਿਰੰਤਰ ਨਿਰਾਕਾਰ। ਅਗਲੀ ਹੈ ਜਿਹੜੀ ਮੈਂ ਇਹਨਾਂ ਦੇ ਉੱਥੇ ਕਮੈਂਟ, ਹੁਕਮ ਰਜਾਈ ਚੱਲਣਾ, ਇਹਨਾਂ ਨੇ ਇਹ ਵੀ ਲਿਖਿਆ ਹੋਇਆ ਉੱਥੇ, ਹੁਕਮ ਰਜਾਈ ਚੱਲਣਾ। ਹੁਕਮ ਵੀ ਤੇਰਾ ਰਜਾ ਵੀ ਤੇਰੀ, ਹੁਕਮ ਵੀ ਤੇਰਾ ਰਜਾ ਵੀ ਤੇਰੀ, ਕਾਰਨ ਕਰਤਾ ਤੂੰ ਕਰਤਾਰ, ਕਰ ਕਰ ਦੇਖੇ ਖੇਲ ਰਚਾਵੇ, ਕਰ ਕਰ ਦੇਖੇ ਖੇਲ ਰਚਾਵੇ, ਮਾਇਆ ਮੋਹ ਸੰਸਾਰ। ਸ਼ਿਪੀ ਤੂੰ ਹੀ ਸ਼ਕਤੀ ਤੂੰ ਹੀ, ਸ਼ਿਪੀ ਤੂੰ ਹੀ ਸ਼ਕਤੀ ਤੂੰ ਹੀ, ਤੂੰ ਹੀ ਸ਼ਬਦ ਵਿਚਾਰ, ਆਦ ਅੰਤ ਨਾ ਮਿਲਿਆ ਤੇਰਾ, ਵੇਦਾਂ ਦੀ ਪੁਕਾਰ, ਨੇਤ ਨੇਤ ਕਥੰਤ ਵੇਦਾਂ, ਵੇਦਾਂ ਨੇ ਕਿਹਾ ਨੇਤੀ ਨੇਤੀ ਬੇਅੰਤ ਬੇਅੰਤ, ਆਦ ਅੰਤ ਨਾ ਮਿਲਿਆ ਤੇਰਾ, ਵੇਦਾਂ ਦੀ ਪੁਕਾਰ। ਸੁਣ ਸਹਿਜ ਦਾ ਖੇਲ ਹੈ, ਬਾਬਾ ਜੀ ਨੇ ਲਿਖਿਆ ਹੈ ਸੁਣ ਸਹਿਜ ਦੇ ਉੱਤੇ, ਸੁਣ ਸਹਿਜ ਦਾ ਖੇਲ ਹੈ ਤੇਰਾ, ਰਚਿਆ ਤੂੰ ਬ੍ਰਹਿਮੰਡ। ਬਾਰਭੰਡ ਨੂੰ ਲਿਖਿਆ ਇਹਨਾਂ ਨੇ, ਮੈਨੂੰ ਸ਼ਬਦ ਦੱਸਿਆ ਸੀ, ਮੈਂ ਬ੍ਰਹਿਮੰਡ ਦਾ ਤਾਂ ਮੈਨੂੰ ਪਤਾ ਸੀ, ਬਾਰਭੰਡ ਬਾਰ ਤਾਂ ਤੁਸੀਂ ਸਮਝਦੇ ਹੋ ਪਤੀ ਨੂੰ ਕਹਿੰਦੇ ਆਪਾਂ, ਭੰਡ ਔਰਤ ਨੂੰ ਕਹਿੰਦੇ ਗੁਰਬਾਣੀ,
ਭੰਡ ਮੂਲਾ ਭੰਡ ਭਾਲੀਏ ਭੰਡੇ ਬਾਹਰ ਨਾ ਪੋਏ ਲੱਚਿਆ ਤੂੰ ਪਰ ਭੰਡ ਮਰੈ ਭੰਡ ਪਵਨ ਪਾਣੀ ਤਰਤ ਆਕਾਸ਼ ਪਵਨ ਪਾਣੀ ਤਰਤ ਆਕਾਸ਼ ਤੇਰੇ ਹੀ ਨੌ ਖੰਡ ਤੇਰੇ ਹੀ ਨੌ ਖੰਡ ਭਗਤ ਵੀ ਤੇਰੇ ਸੰਤ ਵੀ ਤੇਰੇ ਜੋਗੀ ਸਾਧ ਫਕੀਰ ਹੁਕਮ ਰਜਾਈ ਜੋ ਵੀ ਚੱਲੇ ਸੱਚਾ ਗੁਰੂ ਹੁਕਮ ਰਜਾਈ ਜੋ ਵੀ ਚੱਲੇ ਸੱਚਾ ਗੁਰੂ ਫਕੀਰ ਅੱਗੇ ਭਗਤ ਆਵੇ ਆਪਣੀ ਆਪਣੀ ਪਰਿਭਾਸ਼ਾ ਹੈ ਅਲੱਗ ਅਲੱਗ ਮੇਰੇ ਆਪਣੇ ਵਿਚਾਰ ਨੇ ਭਗਤ ਸੋਈ ਜਾਣੀਏ ਭੈ ਮੁਕਤ ਹੋ ਜਾਏ ਭਗਤ ਸੋਈ ਜਾਣੀਏ ਭੈ ਮੁਕਤ ਹੋ ਜਾਏ ਮਨ ਦੇ ਕਹਿਣੇ ਨਾ ਹੋ ਚੱਲੇ ਕਾਮ ਕ੍ਰੋਧ ਤੇ ਕਾਬੂ ਪਾਏ ਲੋਭ ਮੋਹ ਸਭ ਤਿਆਗ ਕੇ ਹੰਕਾਰ ਨੂੰ ਮਾਰ ਮੁਕਾਏ ਸੁੱਖ ਦੁੱਖ ਸਮ ਕਰ ਜਾਣੇ ਸੁੱਖ ਦੁੱਖ ਸਮ ਕਰ ਜਾਣੇ ਸਤ ਨਾਮ ਦਾ ਧਿਆਨ ਲਗਾਏ ਪ੍ਰੇਮਾ ਭਗਤੀ ਗੁਰਮੁਖ ਬਣ ਕੇ ਪ੍ਰਭ ਲੀਨ ਹੋ ਜਾ ਮੈਂ ਇਸ ਨੂੰ ਭਗਤ ਕਿਹਾ ਅੱਗੇ ਕਿਹਾ ਸੰਤ ਸੰਤ ਸੋਈ ਜਾਣੀਏ ਜਿਸ ਮਨ ਸ਼ਾਂਤ ਸੰਤ ਸੋਈ ਜਾਣੀਏ ਜਿਸ ਮਨ ਸ਼ਾਂਤ ਹੋਏ ਮਿੱਠੀ ਬਾਣੀ ਬੋਲ ਕੇ ਮਨ ਕਾ ਆਪਾ ਮਿੱਠੀ ਬਾਣੀ ਬੋਲ ਕੇ ਮਨ ਕਾ ਆਪਾ ਹੋਏ ਅਸ਼ਾਂਤ ਮਨ ਸ਼ੀਤਲ ਕਰੇ ਅਸ਼ਾਂਤ ਮਨ ਸ਼ੀਤਲ ਕਰੇ ਆਪ ਵੀ ਸ਼ੀਤਲ ਹੋਏ ਸੱਚ ਵਿਚਾਰੇ ਸੱਚ ਕਹੇ ਸੱਚ ਵਿਚਾਰੇ ਸੱਚ ਕਹੇ ਸੱਚ ਹੀ ਪਹਿਨੇ ਸੱਚ ਸਮੋਏ ਇਹ ਹੈ ਸੰਤ ਅੱਗੇ ਆ ਗਿਆ ਸਾਧੂ ਆਪਾਂ ਸਾਧ ਕਹਿ ਰਹੇ ਹਾਂ ਮਨ ਕੋ ਸਾਧੇ ਸਾਧ ਹੈ ਮਨ ਕੋ ਸਾਧੇ ਸਾਧ ਹੈ ਜਿਸ ਦਾ ਰੱਗ ਹੈ ਜੱਗ ਹੈ ਰਹਿਣ ਬਸੇਰਾ ਲੋਚੇ ਨਾ ਮੰਡਪ ਮਾੜੀਆਂ ਨਾ ਕੋਠਾ ਨਾ ਡੇਰਾ ਲੋਚੇ ਨਾ ਮੰਡਪ ਮਾੜੀਆਂ ਨਾ ਕੋਠਾ ਨਾ ਡੇਰਾ ਮੋਹ ਮਾਇਆ ਸਭ ਤਿਆਗ ਕੇ ਸਿਮਰੇ ਨਾਮ ਕਲੇ ਨਾਮ ਪਦਾਰਥ ਸਦਾ ਹੀ ਮੰਗੇ ਨਾਮ ਪਦਾਰਥ ਸਦਾ ਹੀ ਮੰਗੇ ਫੇਰ ਨਾ ਭਵ ਜਾਂਦੇ ਆ ਸਾਧ ਅੱਗੇ ਆ ਗਿਆ ਅੱਖਾਂ ਨਾ ਮੋਨੀ ਬਣ ਕੇ ਨਾ ਮੀਚ ਕੇ ਅੱਖਾਂ ਨਾ ਮੋਨੀ ਬਣ ਕੇ ਕੰਨ ਪੜਾ ਨਾ ਮੁੰਦਰਾ ਪਾਵੇ ਕੰਨ ਪੜਾ ਨਾ ਮੁੰਦਰਾ ਪਾਵੇ ਸੱਚਾ ਜੋਗੀ ਸ਼ਿਵ ਕਹਾਵੇ ਭਗਤੀ ਸ਼ਕਤੀ ਆਪ ਪਾਵੇ ਮਹਾਦੇਵ ਬਣ ਹਰ ਹਰ ਧਿਆਵੇ ਸਦਾ ਸ਼ਿਵ ਬਣ ਧਿਆਨ ਲਗਾਵੇ ਬ੍ਰਹਮਾ ਵਿਸ਼ਨੂੰ ਮੰਨਣ ਜਿਸਨੂੰ ਬ੍ਰਹਮਾ ਵਿਸ਼ਨੂੰ ਮੰਨਣ ਜਿਸਨੂੰ ਦੇਵਾਂ ਦਾ ਉਹ ਦੇਵ ਕਹਾਵੇ ਭੋਲਾ ਭੰਡਾਰੀ ਸ਼ੰਭੂ ਨਾਥ ਬਣ ਪ੍ਰਭ ਲੀਨ ਹੋ ਜਾ ਇਹ ਹੈ ਮੈਂ ਖੇਮਾ ਦਾ ਜਾਚ ਚੁੱਕਾਂ ਕੋਈ ਉੱਚ ਨੀਚ ਹੋ ਗਈ ਹੋਵੇ ਮੇਰੇ ਆਪਣੇ ਵਿਚਾਰ ਨੇ ਆਹ ਜਿਹੜਾ ਸਾਡਾ ਮਨ ਹੈ ਨਾ ਆਹ ਪੁਆੜੇ ਦੀ ਗੱਲ ਮੈਂ ਬਹੁਤ ਵਿਅਕਤੀਆਂ ਨੂੰ ਪੁੱਛਿਆ ਪਹਿਲਾਂ ਤਾਂ ਮੈਨੂੰ ਇਹਦਾ ਮਤਲਬ ਨਹੀਂ ਸੀ ਆਉਂਦਾ ਮੈਂ ਕਈ ਵਾਰੀ ਮੈਂ ਸੋਚਿਆ ਨਾ ਕਿ ਬਾਬਾ ਜੀ ਦੀ ਸੰਗਤ ਹੋ ਗਈ ਵੀ ਤੂੰ ਮੂਰਖਾ ਕਹਿਣਾ ਮੈਂ ਅੰਗਰੇਜ਼ੀ ਪੜ੍ਹਾਉਂਦਾ ਰਿਹਾ ਤੂੰ ਤੈਨੂੰ ਤਾਂ ਇਹਦਾ ਮਤਲਬ ਨਹੀਂ ਆਉਂਦਾ ਅਜੇ ਥਾਈ ਯਕੀਨ ਮੰਨਿਓ ਮੈਂ ਡਿਕਸ਼ਨਰੀ ਚੱਕੀ ਮੈਂ ਡਿਕਸ਼ਨਰੀ ਚੱਕ ਕੇ ਮੈਂ ਕਿਹਾ ਇਹਦਾ ਮਤਲਬ ਤਾਂ ਦੇਖ ਲਵਾਂ ਬਈ ਕੀ ਹੈ ਮੈਨੂੰ ਇਹਦਾ ਮਤਲਬ ਉੱਥੇ ਲਿਖਿਆ ਹੋਇਆ ਫਸਟ ਲੈਟਰ ਆਫ ਅਲਫਾਬੈਟ ਇੰਗਲਿਸ਼ ਅਲਫਾਬੈਟ ਅੰਗਰੇਜ਼ੀ ਵਰਣ ਵਾਲਾ ਦਾ ਪਹਿਲਾ ਅਕਸ਼ਰ ਫਿਰ ਮੈਂ ਲੱਭ ਗਿਆ ਉੱਥੇ ਲਿਖਿਆ ਹੋਇਆ ਇਹ ਮੈਂ ਨਹੀਂ ਕਰ ਲਈ ਪੁਆਏ ਇਹਦਾ ਮਤਲਬ ਆਪਾਂ ਇੱਕ ਹੀ ਕਹਿੰਦੇ ਹਾਂ ਫਿਰ ਮੈਂ ਸੋਚਿਆ ਵੀ ਤੈਨੂੰ ਗਾਹਾਂ ਪੜ੍ਹਨ ਦੀ ਲੋੜ ਨਹੀਂ ਸਭ ਤੋਂ ਰੱਖ ਤੂੰ ਹੁਣ ਇੱਕ ਦਾ ਹੀ ਮਤਲਬ ਦੇਖ ਲਾ ਵੀ ਕੀ ਹੈ ਇੱਕ ਤੋਂ ਸ਼ੁਰੂ ਹੋਇਆ ਸਭ ਕੁਛ ਬਾਕੀ ਤਾਂ ਕੀ ਹੋਈ ਹੈ ਇਹਨੂੰ ਆਪਾਂ ਤੁਸੀਂ ਸੁਣ ਕਹਿ ਦਿੰਦੇ ਹੋ ਬਾਣੀ ਸੁਣ ਕਿਹਾ ਔਰ ਸੰਸਕ੍ਰਿਤ ਹਿੰਦੀ ਵਾਲੇ ਸ਼ੂਨਿਆ ਕਹਿ ਦਿੰਦੇ ਨੇ ਸ਼ੂਨਿਆ ਪਹਿਲਾਂ ਆਹ ਸੀ ਅਰਬਦ ਨਰਬਦ ਧੁੰਦੂ ਕਰ ਉਹ ਜੀਰੋ
मन पढ़िया कर मैं जो आप अपनी भाषा पढ़ गए तो यह मन ही बन गया। मैं उपर फिर लिखा मन मैनस मैन, मन मैनस मैन एम एन एस जो है वह वर्ग के तौर पर आप इस्तेमाल करते हैं, पहला सब्जेक्ट फिर वर्ग। ये कौन चला इस आदमी को? मन ही चला, मन के कहने चलता है इन उल्टा कर दो। मैं क्या तेरा इलाज की है पिकता? ये जो है ब्लॉक कैपिटल जिन्होंने लैटर कहने आप, एक बड़ी ए बी सी है एक छोटी ए बी सी है। वो जो बड़ा ए है वह तो है परमेश्वर को इंडीकेट करता है वह सिंबल, एक छोटी ए बी सी है छोटा ए है जो एम तो बाद जो ए है फिर एन है। वो मैं क्या भी जी आप उल्टा कर दिए एम एन एन एम कर दिए नम हो गया, फिर आप नम पढ़ा जा एम एन मन पढ़ा एन एम नम पढ़ा। नम का मतलब नर्म हो गया, नम अखा के नाल गिला हो गया, आ जल चढ़ा उत्थे जाके शिवाले इनू नम करने वास्ते जलता इतने चढ़ा थी वो आप मंदिर जाके चढ़ा लागे इनू नर्म हो हम वो नर्म कितने होंगे तो मैं सारी उम्र चढ़ाई जाऊँ भी चढ़ा रहा पच्ची तीस साल चल से। देखो मैं कोई निराधर के नाल नहीं कह रहा, ऐसी गल नहीं कह रहा, वो जल इतने चढ़ा थी कहता उठे जरा एन एम नम हो गया हम नर्म का हो गया कुछ मन फिर की है इनू मैन करना। मैनुअल जिन आप कहने हाथ ना जी टोके वाली मशीन हाथ ना चला जी चीज हाथ ना आप गेड़ते हैं वह मैन ही करते हैं मैनुअल। एक आटोमैटिक है जी एनर्जी के नाल मशीन ना मोटर ना चलती है वह आटोमैटिक कह देना। इस करके मन मैनस मैन फिर वो पिछे वाला जो मैन है आदमी वो जो छोटी ए है जी थले लाना ये एन एम नम न ये जब ए ए का स्पेयर हो जाए ना दो ए छोटिया बेटा ए आत्मा कहना छोटी ए परमेश्वर बड़ी है छोटी ए आत्मा फिर दो जहाँ कट्ठिया हो जाएंगे ना वो ताकत बढ़ जूगी फिर ये छड़ती है फिर एक किस बन जूगा शब्द नाम बन जूगा एन डबल एम पढ़ो नाम बन गया नाम। आही पूछा फिर कहना कौन रे कहना मैं जी नामा नामदेव तो बाद च बनाया से वो नामा बनया। इस करके नाम तो नाम बन गया नाम तो फिर नामा बन जूगा समझे। आही बाबा जी ने नान गुरु नानक देव जी ने एक मंगया से नाम पदार्थ नानक मांगे और उन्हें कुछ नहीं मंगया ताहे मैं कहा लोचे ना मंडप माड़िया ना कोठा ना डेरा। उन्हें मगले बाबा जी ने भी कुछ बनाया इन्होंने कहा कि किसी ने भी असं जमीन भी दे दें जमीन तो इन्होंने को काफ़ी है पहला ही भाई असं पैसे भी ला देंगे कोई बना लो डेरा डूरा कहीं भाई बहन पर। वाहगुरु जी का खालसा वाहगुरु जी।